ਕਾਲਜ ਦੇ ਪ੍ਰੀਖਿਆ ਸੈਂਟਰ ਵਿਚ ਚੱਲ ਰਹੀ ਬੀ ਏ ਭਾਗ ਪਹਿਲਾਂ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦਾ ਪੇਪਰ ਖਤਮ ਹੋਣ ਤੋਂ ਬਾਅਦ ਸੈਂਟਰ ਸਾਹਮਣੇ ਚੱਲੀ ਗੋਲੀ ਦੇ ਦੌਰਾਨ ਇਕ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਚ ਰੈਫਰ ਕੀਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਹਰਜੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਜਦੋਂ ਪੇਪਰ ਦੇ ਰਿਹਾ ਸੀ ਤਾਂ ਉਸਦੇ ਕਿਸੇ ਸਾਥੀ ਨੇ ਉਸ ਲਈ ਬਾਹਰੋਂ ਪਰਚੀਆਂ ਸੁੱਟ ਦਿੱਤੀਆਂ, ਜਿਸ ਵਿਚੋਂ ਇੱਕ ਪਰਚੀ ਇੱਕ ਹੋਰ ਵਿਦਿਆਰਥੀ ਗੋਰਾ ਸਿੰਘ ਦੇ ਕੋਲ ਚਲੀ ਗਈ। ਇਸ ਦੌਰਾਨ ਗੋਰਾ ਸਿੰਘ ਵੱਲੋਂ ਪੇਪਰ ਕੀਤੇ ਜਾਣ ਮਗਰੋਂ ਇਹ ਪਰਚੀ ਬਾਹਰ ਸੁੱਟ ਦਿੱਤੀ ਗਈ, ਇਸ ਗੱਲ ਨੂੰ ਲੈ ਕੇ ਦੋਹਾਂ ਵਿਚ ਵਿਵਾਦ ਹੋ ਗਿਆ ਤੇ ਗੋਲੀ ਚੱਲ ਗਈ। ਇਸ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਤੇ ਮੈਂ ਚੱਕਣ ਲੱਗਾ, ਉਹਨੇ ਚੱਕ ਲਈ, ਤੇ ਉਹਨੇ ਚੱਕ ਕੇ ਵੇਖ ਕੇ ਬਾਹਰ ਸੁੱਟਤੀ। ਮੈਂ ਤੂੰ ਬਾਹਰ ਕਦੋਂ ਸੁੱਟੀ? ਅਤੇ ਇੰਨੀ ਗੱਲ ਹੋਈ ਅਤੇ ਅਸੀਂ ਬਾਹਰ ਆ ਗਏ ਜਦੋਂ। ਮੈਂ ਹਾਂ ਹਾਂ ਤੂੰ ਪਰਚੀ ਕਦੋਂ ਬਾਹਰ ਸੁੱਟੀ? ਅਤੇ ਉਹ ਮੈਨੂੰ ਧੱਕੇ ਮਾਰਨ ਲੱਗ ਗਿਆ, ਮੈਂ ਗਾਲਾਂ ਕੱਢੀਆਂ ਉਹਨੂੰ। ਅਤੇ ਫਿਰ ਉਹ ਬਾਹਰ ਜਾ ਵੜਿਆ, ਅਤੇ ਫਿਰ 15-20 ਮਿੰਟਾਂ ਤਾਂ ਹੀ ਆਏ ਉਹ 4-5 ਜਣੇ, ਪਹਿਲਾਂ ਮੈਨੂੰ ਕੁੱਟਣ ਲੱਗ ਗਏ, ਵਾਹਵਾ ਕੁੱਟਿਆ ਮੈਨੂੰ, ਮੈਂ ਵੀ ਕੁੱਟਣ ਲੱਗ ਗਿਆ ਉਹਨਾਂ ਨੂੰ। ਫਿਰ ਉਹਨਾਂ ਦਾ ਕੁਛ ਨਾ ਹੋਇਆ, ਜਦੋਂ ਲੋਟ ਨਾ ਆਇਆ ਮੈਂ ਉਹਨਾਂ ਨੇ ਫੈਰ ਮਾਰਤਾ ਖੜ ਕੇ। ਤੁਸੀਂ ਕਾਲਜ 'ਚ ਹੋ? ਕਿਹੜੇ ਕਾਲਜ 'ਚੋਂ? ਗੁਰੂ ਨਾਨਕ ਕਾਲਜ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਬੀਏ ਫਸਟ ਈਅਰ। ਅੱਜ ਕੋਈ ਪੇਪਰ ਸੀਗਾ? ਹਾਂ। ਕਦਾ? ਅੰਗਰੇਜ਼ੀ ਦਾ। ਅੱਛਾ, ਨਕਲ ਕੌਣ ਮਾਰ ਰਿਹਾ ਸੀ? ਨਕਲ ਉਹ ਵੀ ਮਾਰੀ ਜਾਂਦੇ ਸੀਗੇ, ਅਸੀਂ ਵੀ ਮਾਰੀ ਜਾਂਦੇ ਸੀਗੇ। ਅੱਛਾ, ਤੁਹਾਡੀ ਕਲਾਸ ਦੇ ਮੁੰਡੇ ਦੀ ਕੌਣ ਸੀਗੇ ਨਕਲ ਮਾਰ? ਕਲਾਸ ਦਾ ਹੀ ਸੀਗਾ ਉਹ ਮੁੰਡਾ, ਦੂਜੇ ਜਿਹੜੇ ਉਹਦੇ ਨਾਲ ਆਏ ਸੀ ਜਿਨ੍ਹਾਂ ਨੇ ਫੈਰ ਮਾਰਿਆ ਉਹ ਬਾਹਰੋਂ ਆਏ ਸੀ। ਅੱਛਾ, ਬਾਹਰੋਂ ਸੱਦ ਕੇ ਲਿਆਏ ਸੀ। ਜਸਵਿੰਦਰ ਜੀ, ਤੁਹਾਡੇ ਕਾਲਜ ਦੇ ਵਿੱਚ ਕੀ ਝਗੜਾ ਹੋਇਆ? ਉਹੀ ਪੇਪਰ ਵਿੱਚ ਮਤਲਬ ਇਹ ਬੋਲੇ ਬੋਲੇ ਸੀ ਆਸ ਵਿੱਚ ਜੀ, ਅਤੇ ਅਸੀਂ ਮਸਜਿਦ ਬਾਹਰ ਆਏ ਅਤੇ ਇਹਨੂੰ ਮਤਲਬ ਇਹਦੇ ਨਾਲ ਬੁੜ ਬੁੜ ਕੇ ਉੱਠ ਗਿਆ, ਅਤੇ ਅਸੀਂ ਬਾਅਦ 'ਚ ਉੱਥੇ ਕਾਲਜ ਦੇ ਵਿੱਚ ਬੈਠੇ ਸੀ ਅਤੇ ਮਤਲਬ ਵੀ ਇਹਦੇ ਨਾਲ ਲੜ ਲੁੜ ਕੇ ਜਾ ਕੇ। ਕੌਣ ਬੋਲ ਰਿਹਾ ਸੀ? ਕਿੱਥੇ ਪੇਪਰ ਹੋ ਰਿਹਾ ਸੀ? ਕਾਹਦਾ ਪੇਪਰ? ਗੁਰੂ ਨਾਨਕ ਕਾਲਜ ਹੋਇਆ ਸੀ। ਇੱਕ ਲੜਕਾ ਜ਼ਖਮੀ ਹੋਇਆ, ਤਕਰੀਬਨ 1 ਵਜੇ ਦੇ ਕਰੀਬ ਕਾਲਜ ਦੇ ਗੇਟ ਤੋਂ ਗੇਟ ਕੀਪਰ ਨੂੰ ਧੱਕਾ ਮਾਰ ਕੇ ਇੱਕ ਵਿਦਿਆਰਥੀ ਕਾਲਜ ਦਾ ਅਤੇ ਦੋ ਦੇ ਨਾਲ ਆਫਸਰ ਉਹਨਾਂ ਨੇ ਆ ਕੇ ਇੱਥੇ ਪ੍ਰਵੇਸ਼ ਕੀਤਾ, ਅਤੇ ਉਦੋਂ ਥੋੜ੍ਹੇ ਚਿਰ ਬਾਅਦ ਹੀ ਇੱਧਰਲੇ ਪਾਸੇ ਆ ਕੇ ਕਾਲਜ ਦੇ ਕੈਂਪ ਦੇ ਵਿੱਚ ਉਹ ਕਿਸੇ ਵਿਦਿਆਰਥੀ ਨਾਲ ਗੌਤਮ ਗੁੱਤਾ ਹੋਏ, ਜਿਹਦਾ ਸਾਨੂੰ ਕੋਈ ਘਟਨਾ ਕਰਨ ਦਾ ਪਤਾ ਨਹੀਂ ਕੋਈ ਅਸਲ ਕਾਰਨ ਕੀ ਸੀ। ਗੌਤਮ ਗੁੱਤਾ ਹੁੰਦੇ ਇੱਕ ਉਹਨਾਂ ਦੇ ਜਿਹੜੇ ਆਊਟਸਾਈਡਰ ਦੋਸਤ ਸੀ ਉਹਨਾਂ 'ਚੋਂ ਕਿਸੇ ਨੇ ਇੱਕ ਨੇ ਪਿਸਟਲ ਕੱਢ ਕੇ ਉੱਥੇ ਵਾਰ ਕਰਤਾ ਅਤੇ ਉਹ ਗੋਲੀ ਮੱਚ ਲੱਗ ਗਈ। ਅੱਜ ਕੋਈ ਇਗਜ਼ਾਮ ਵਗੈਰਾ ਵੀ ਹੋ ਰਿਹਾ ਸੀਗਾ ਜੀ? ਸਰ, ਇੱਕ ਕਾਲਜ ਦੇ ਵਿੱਚ ਗੋਲੀ ਚੱਲੀ ਹੈ, ਕੀ ਮਾਮਲਾ ਸਰ? ਅੱਜ ਜਿਹੜਾ ਗੁਰੂ ਨਾਨਕ ਕਾਲਜ ਦੇ ਵਿੱਚ ਜਿਹੜਾ ਹਰਜੀਤ ਸਿੰਘ ਪੁੱਤਰ ਜਗਦੇਵ ਸਿੰਘ ਪੇਪਰ ਦੇ ਰਿਹਾ ਸੀ, ਇਹਦਾ ਦੂਸਰੇ ਜਿਹੜੇ ਲੜਕਿਆਂ ਨਾਲ ਆਪਸ ਵਿੱਚ ਕੋਈ ਤਕਰਾਰ ਹੋਇਆ, ਤਕਰਾਰ ਹੋਣ ਤੋਂ ਬਾਅਦ ਜਿਹੜਾ ਉਹਨੇ ਜਿਹੜੇ ਮੁੰਡੇ ਬੁਲਾ ਲਏ, ਉਹਨਾਂ ਨੇ ਬੁਲਾ ਕੇ ਅਤੇ ਇਹਦੇ ਉੱਤੇ ਕਿੰਨਵੀਂ ਦੇ ਪੇਪਰ ਹੋ ਰਹੇ ਸੀ? ਇਹ ਫਸਟ ਈਅਰ ਦੇ ਸੀ ਜੀ। ਫਸਟ ਈਅਰ 'ਚ ਕੀ ਗੱਲ ਹੋਈ ਸੀ ਪੇਪਰ ਦੇ ਦੌਰਾਨ? ਪੇਪਰ ਦੌਰਾਨ ਇਹਦਾ ਕੋਈ ਪਰਚੀਆਂ ਦੇ ਮਾਮਲੇ ਕੋਈ ਆਪਸ ਵਿੱਚ ਗੱਲਬਾਤ ਹੋਈ ਸੀ, ਉਹਦੇ ਤੋਂ ਉਹਦੇ ਮੁਤਾਬਕ ਦੱਸਣ ਮੁਤਾਬਕ ਹਰਜੀਤ ਸਿੰਘ ਨੇ ਅਤੇ ਕੀ ਕੌਣ ਸੀਗਾ ਮੁੰਡਾ ਹੋਈ ਇਹਨੇ ਬੁਲਾਈ ਹੁੰਦੀ? ਉਹ ਮੁੰਡਾ ਗੋਰਾ ਗੋਰਾ ਕਹਿੰਦੇ ਉਹਨੂੰ, ਉਹ ਸਟੂਡੈਂਟ ਹੀ ਉੱਥੋਂ ਦਾ ਜੀ। ਅਤੇ ਲੜਾਈ ਹੈ ਬਾਹਰ ਹੋਈ ਹੈ ਜੀ ਕਾਲਜ ਦੇ ਅੰਦਰ? ਪਹਿਲੇ ਲੜਾਈ ਕਾਲਜ ਦੇ ਬਾਹਰ ਹੋਈ ਹੈ ਕਿ ਅੰਦਰ ਹੋਈ ਹੈ? ਕਾਲਜ ਦੇ ਅੰਦਰ ਹੋਈ ਲੜਾਈ ਤਾਂ। ਸਰ, ਕੀ ਕਾਰਵਾਈ ਕਰ ਰਹੇ ਹੋ? ਅਸੀਂ ਪਰ ਇਸ ਤਰ੍ਹਾਂ ਪ੍ਰੀਖਿਆ ਕੇਂਦਰ ਦੇ ਵਿੱਚ ਨਕਲ ਕਰਕੇ ਪੇਪਰ ਦੇਣਾ ਬਹੁਤ ਹੀ ਗਲਤ ਹੈ। ਇਸ ਦੇ ਨਾਲ ਇੱਥੇ ਸਵਾਲੀਆ ਨਿਸ਼ਾਨ ਇਹ ਵੀ ਖੜਾ ਹੁੰਦਾ ਹੈ ਕਿ ਕਾਲਜ ਦੇ ਵਿੱਚ ਹਥਿਆਰ ਕਿਵੇਂ ਆਇਆ ਤੇ ਅਧਿਆਪਕ ਪ੍ਰੀਖਿਆ ਕੇਂਦਰ ਵਿੱਚ ਕਿਸ ਤਰ੍ਹਾਂ ਦੀ ਡਿਊਟੀ ਦੇ ਰਹੇ ਸਨ। ਬਿਊਰੋ ਰਿਪੋਰਟ, ਵੀ ਪੀ ਟੀ ਨਿਊਜ਼।